ਦੁਨੀਆਂ ਦੀ ਮਿਹਨਤ ਕਦੇ ਰੰਗ ਨਾ ਲਾਉਂਦੀ, ਨਬੀਆਂ ਦੀ ਮਿਹਨਤ ਕਦੇ ਰੰਗ ਨਾ ਲਾਉਂਦੀ, ਨਬੀਆਂ ਦੀ ਮਿਹਨਤ ਕਦੇ ਰੰਗ ਨਾ ਲਾਉਂਦੀ, ਨਬੀਆਂ ਦੀ ਮਿਹਨਤ। ਹੁਣ ਤੁਸੀਂ ਦੇਖਣਾ ਮੇਰੇ ਪਾਸੇ ਨਿਆਜ਼ ਹੁਸੈਨ, ਨਬੀਆਂ ਦੀ ਮਿਹਨਤ ਕਦੇ ਰੰਗ ਨਾ ਲਾਉਂਦੀ, ਨਬੀਆਂ ਦੀ ਮਿਹਨਤ ਕਦੇ ਰੰਗ ਨਾ ਲਾਉਂਦੀ। ਸਰਦਾਰ ਨਬੀਆਂ ਦੀ ਮਿਹਨਤ ਮੁਲਾਜ਼ਮ ਸ਼ਾਹ ਜੀ, ਹੁਣ ਮੈਂ ਕੁਝ ਸੁਣਨਾ ਹੈ। ਨਬੀਆਂ ਦੀ ਮਿਹਨਤ ਕਦੇ ਰੰਗ ਨਾ ਲਾਉਂਦੀ, ਨਬੀਆਂ ਦੀ ਮਿਹਨਤ ਕਦੇ ਰੰਗ ਨਾ ਲਾਉਂਦੀ, ਕਦੇ ਰੰਗ ਨਾ ਲਾਉਂਦੀ। ਮੇਰੇ ਪੇਸ਼ਵਾ ਦਾ ਜੇਕਰ ਉਤਾਰਾ ਨਾ ਹੁੰਦਾ, ਨਾ 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 ਇਵੇਂ ਨਾ ਹੀ ਮਿਲ ਕੇ ਨਾਰਾ ਹੈਦਰੀ। ਇਹ ਨਬੀਆਂ ਦੀ ਮਿਹਨਤ ਕਦੇ ਰੰਗ ਨਾ ਲਾਉਂਦੀ, ਮੇਰੇ ਪੇਸ਼ਵਾ ਦਾ ਜੇਕਰ ਉਤਾਰਾ ਨਾ ਹੁੰਦਾ। ਜਿਹੜਾ ਮੈਂ ਫਰਦੇ ਸਾਨੀ ਪੜਨ ਲੱਗਾ ਕੁਰਾਨ ਦੀ ਕਸਮ, ਸਾਰੇ ਕਸੀਦੇ ਦਾ ਨਿਚੋੜ ਨਤੀਜਾ ਫਰਦੇ ਸਾਨੀ ਦਾਵਤ ਮੈਂ ਬੜਾ ਕੀਤੇ ਵੀ ਇਹ ਨਬੀਆਂ ਦੀ ਮਿਹਨਤ ਹੀ ਰੰਗ ਨਾ ਲਾਵੇ। ਹਾ ਜੇ ਮੇਰੇ ਪੇਸ਼ਵਾ ਦਾ ਉਤਾਰਾ ਨਾ ਹੁੰਦਾ, ਬੰਦੇ ਆਖਿਰ ਕਿਵੇਂ ਤੋਂ ਮੈਂ ਨਤੀਜਾ ਪੇਸ਼ ਪੇ ਕਰਦਾ। ਇਹ ਨਬੀਆਂ ਦੀ ਮਿਹਨਤ ਕਦੇ ਰੰਗ ਨਾ ਲਾਉਂਦੀ, ਨਬੀਆਂ ਦੀ ਮਿਹਨਤ ਕਦੇ ਰੰਗ ਨਾ ਲਾਉਂਦੀ। ਮੇਰੇ ਪੇਸ਼ਵਾ ਦਾ ਜੇਕਰ ਉਤਾਰਾ ਨਾ ਹਰੀ ਜੇ ਨਾ ਦੇ ਕਾਬੇ ਦੇ ਅੰਦਰ, ਖੁਦਾ ਕੌਣ ਹੈ ਇਹ ਗੱਲ ਦਾ ਨਿਤਾਰਾ ਨਾ ਹੁੰਦਾ। ਮੈਂ ਕਰਾਂ ਕਹਿੰਦੇ ਕਿਹਦੇ ਕੋ ਤਾਂ ਛੇੜਾ ਨਹੀਂ, ਆਓ ਸਰ ਚੋ ਬਈ ਤੋਹੀਦ ਦੀ ਪਹਿਚਾਣ ਕੋ ਅਲੀ ਛੜੇ ਦੇ ਨਹੀਂ। ਨਬੀ ਫਰਮਾਇਆ ਮਾਲਿਕ ਅੱਲਾ ਇਹ ਮਦੀਨੇ ਵਾਲੇ ਆਉਂਦੇ ਨੇ ਮੇਰੇ ਕੋਲ ਮੇਰੀ ਸਯਦਾਦ ਰਿਸ਼ਤੇ ਵਾਸਤੇ, ਤੇ ਮੈਂ ਤੇਰੇ ਹੁਕਮ ਦੇ ਬਗੈਰ ਆਪਣੇ ਲਾਬੀ ਕੜਾ ਨਹੀਂ ਹਲਾਏ। ਮਾਲਿਕ ਅੱਲਾ ਹੁਣ ਮੈਂ ਕੋ ਦੱਸਣਾ ਤਾਂ ਇਹ ਵੀ ਇਹਦਾ ਵੱਡਾ ਫੈਸਲਾ ਮੈਂ ਕਿਵੇਂ ਕਰਾਂ। ਇਹ ਜੋ ਸਾਰਾ ਮਦੀਨਾ ਉਮੀਦਵਾਰ ਹੈ, ਆਵਾਜ਼ ਕੁਦਰਤ ਹੈ, ਮੇਰਾ ਹਬੀਬ, ਮੇਰਾ ਮਿੱਠਾ, ਮੇਰਾ ਤਾਹਾ, ਮੇਰਾ ਯਾਸੀਨ, ਮੇਰਾ ਮੁਜ਼ੰਮਿਲ, ਮੇਰਾ ਮੁਦੱਸਰ, ਮੇਰਾ ਵਲੈਲ ਦੀਆਂ ਜ਼ੁਲਫਾਂ ਵਾਲਾ, ਘਬਰਾ ਨਹੀਂ ਇਨਾ ਕੁਆਕ ਬਤੂਲ ਦਾ ਅਕਦ ਉਈ ਘਰ ਇੱਛੀ ਸੀ ਜਿਹੜੇ ਘਰ ਵਿੱਚ ਅੱਜ ਸਿਤਾਰਾ ਲਾ ਸੀ, ਜਿਹੜੇ ਘਰ ਅੱਜ ਸਿਤਾਰਾ ਲਾ ਸੀ। ਬਈ ਨਬੀ ਆਕਾ ਇਹਲੇ ਮਦੀਨਾ ਮੈਂ ਨਾ ਪਿਆਦਾ ਅੱਲਾ ਪਿਆਦਾ ਉਹੀ ਦੇ ਘਰ ਜ਼ਹਰਾ ਜਿਹਦੇ ਘਰ ਜ਼ੋਹਰਾ, ਉਹੀ ਦੇ ਘਰ ਮੇਰੀ ਧੀ ਜਿਹਦੇ ਘਰ ਅੱਜ ਜ਼ੋਹਰਾ ਸਿਤਾਰਾ ਲਾ ਸੀ। ਬਾਬਾ ਹੁਣ ਤਾਰੀਖ ਤੋਂ ਪਰਦਾ ਚਾਹਵਾਂ ਤਾਂ ਬੰਦੇ ਬੜੇ ਕੱਟ ਨਾ ਲਾ ਕੇ ਬੜੀਆਂ ਕੰਘੀਆਂ ਦੇ ਕੇ ਚਰਾਗਾਂ ਕਰਕੇ ਖੜੇ ਨੇ ਬਈ ਸਿਤਾਰਾ ਆਇਆ ਰਾਤ ਦਾ ਵਕਤ, ਬੰਦੇ ਇੰਨਾ ਅਸਮਾਨ ਦੋਰੇ ਦੇਖਣੇ ਸਿਤਾਰੇ ਆਪਣੀ ਜਹਾਜ਼ ਤੋਂ ਹਰਕਤ ਕੀਤੀ। ਬੰਦੇ ਨੇ ਦੇਰ ਯਾਰ ਕਿਤਨੀ ਦਾਤ ਦਿਓ ਤੇ ਹੱਕ ਅਦਾ ਥੀਵੇ। ਇਹ ਬੰਦੇ ਨੇ ਦੇਖਣੇ ਸਿਤਾਰੇ ਆਪਣੇ ਜਹਾਜ਼ ਤੋਂ ਹਰਕਤ ਕੀਤੀ। ਬੰਦੇ ਨੇ ਦੇਰ ਆਏ ਸਿਤਾਰਾ ਕਰੀਬ ਆਏ, ਬੰਦੇ ਨੇ ਦੇਰ ਆਏ ਸਿਤਾਰਾ ਮਜ਼ੀਦ ਕਰੀਬ ਆਏ, ਬੰਦਾ ਦਾ ਤਜਸਸ ਵਧਣ ਲੱਗ ਗਿਆ। ਸਿਤਾਰਾ ਕਿਣ ਵੈਂਦੇ ਸਿਤਾਰਾ ਆ ਕੇ ਲਾਲਾ ਸਿੱਧਾ ਲੈ ਨਹੀਂ ਪਿਆ, ਸਿਤਾਰੇ ਪਹਿਲੇ ਮਦੀਨੇ ਦੇ ਸੱਤ ਚੱਕਰ ਕੱਟਣ, ਸੱਤ ਚੱਕਰ। ਅੱਛਾ ਇੱਕ ਲਫ਼ਜ਼ ਆਦਾ ਬਾਬਾ, ਫਲਾਣਾ ਜ਼ਾਕਰ ਮੂੰਹ ਕੁੱਟ ਗਏ ਤੇ ਫਲਾਣਾ ਵਾਣ ਵਟੇਂਦਾ ਗਏ। ਇਹ ਮੈਂ ਤਾਂ ਕੋਣ ਛਾਣਾ ਲਾ ਦਿਆਂ ਵੀ ਕਿਹੜੀ ਨਹਿਜ ਤੇ ਬਹਿ ਕੇ ਤੂੰ ਮੇਰੇ 70 ਰੁਪਇਆ ਸੁਣਦੇ। ਸਿਤਾਰੇ ਲੈਣ ਬਾਬਾ ਸੱਤ ਚੱਕਰ, ਇਵੇਂ ਚੱਕਰ ਨਹੀਂ ਲਾਏ, ਸਿਤਾਰੇ ਚੱਕਰ ਲਾ ਕੇ ਮਦੀਨੇ ਵਾਲਾ ਕੋ ਚੱਕਰ ਇੱਚ ਪਾਤਾ ਹੈ। ਸਿਤਾਰਾ ਡੱਠਾ ਨਹੀਂ, ਸਿਤਾਰਾ ਲੱਛਾ ਢਾਣ ਤੇ ਲਹਾਣ ਚ ਫਰਕ ਆਉਂਦਾ।
ہر سلاکے والے تے ستار لٹھا کیتے اللہ صحت و سلامتی والی لمبی زندگی دے وے حاج اقبال حسین خان کنانی صاحب کو ماما کیسے کیسے زاک کرن مالک انہاں لمبیاں زندگیاں دے وے قران دی قسم ممبر دی رونق کنے جے لوگ اج کل تے بڑے سکینڈل آندے نا جڑا اوریجنل زاک کرو سی ہوندا سکینڈل کڈا نہ سی انہاں دے اندر خزانے ن او ایک لفظ آدے راندے ن بندہ جیندا بیٹھا ہو سی تا الاپ ہو سی ہوں بندہ جیندا بیٹھا ہویا تا الاپ ہو سی ستارہ ایویں آیا سا چکر لا کے ستارہ اتھائیاں لتھئی جتھا اللہ دا قران لتھئی ستارہ علی دے گھر بندے بڑے پریشان پریشان ہوں علی بادشاہ تے جناب سیدہ دی شادی پڑھن لگا تعارف کراون لگا اے بنرا خدا دا بنری محمد گھر دی تے محمد نا دا آگے اے آیت نہ کر دی اے بنرا خدا دا بنری محمد گھر دی تے محمد نا دا آگے اے آیت سچ تے ملا کوئی چر نوا چاڑ دین دے عالم دین نہیں مت والا میرے تو روسے ودے ہو اے ملا کوئی چن نواں چاڑ دے دے ہن کہ عام بندے دی تے گال نہیں شاعر مشرق فرمائے دین ملا فی سبیل اللہ فساد بیٹھے ہو یا لگے گئے ہو سر چاو شیر پڑا چان بچڑا حلال یا موالیاں دے ہاتھ ٹھار ونن بہت پیارا جیاں شیر علی دے دو دعوے ہیں بابو لازم شاہ جی پہلا دعویٰ علی فرمائے میں زندگی اچ کدا کائیں سائل کو خالی نہیں ولایا جیڑا سائل میرے تے سوال کرے میں فوراً پورا کردا دوجا دعویٰ علی فرمائے میں زندگی اچ کدا اول وقت تو علاوہ نماز نہیں پڑھی میں جڈن ہی پڑھی اول وقت اچ پڑھی ایک دی محمد مصطفیٰ کو نظر آ گئی امامت دی جھولی اچ تاریخ پڑھدا کھڑا بابا علی دی جھولی ہے تینوں وقت گزر گیا دی اپنی جہاں تو ہٹ گیا او نماز دا وقت گزر گیا تے نبی دی اک کلی تے علی دے چہرے تے پریشانی نبی فرمایا کیوں پریشان ہے علی فرمایا تو سہی میری جھولی سوتے ہوئے آوے تے انہوں نماز دا ٹائمنگ گزر گیا آواز قدرا آواز نبوت یہ یا علی گھبرا نہیں پریشان تو او تھی وے جیندا حکم سورج نہ منیندا ہوئے منافق ہیں بابا وہ تو دے کھڑے ہیں بھی آج تا نماز گئی آج تا علی دا دعویٰ پورا نہیں تھی ہونا علی اشارہ کیتا تے سورج اپنی جہاتے تے سورج چو ایک آواز کیڑی آئیے منافق سمجھے آج تا گزا تھی گئی ہے نبوت علی دی جھولی دے وچ سم گئی پڑھا
سن دے چنگا بیٹھے وی تے مطلب اے تو سن بارہ تو بعد چنگا نہیں وے سن دے اگو تے جیڑی مجلس ہی ہوے مولانا دے مولانا اج تو بعد جیڑی مجلس ہی ہوے جنا دھمی نال تو سر تھی ونے پڑھو جناب قصیدہ ایک سلوات تے پڑھو چوچی آواز نال ہائے پریشانیوں میں سوائے علی پریشانیوں میں سوائے علی کے جہاں میں کوئی بے سہارا نہیں ہے اتنے وڈے امام حسین بادشاہ دے ذاکر میں نے بات بیٹھے نا بھائی ملک ریاض حسین سیال صاحب این گال دی گواہی ہوئے سن ساری کچھی ہے چھے اچھا بابا تب بابا ملازم شاہ گندہ کوڑا کروں ہیں میں ایری محنت اللہ پڑھ دے کھڑا کرا ہم پڑھا چلو آج پڑھ دیں اچھا ملک صاحب جیڑا سارے بابا توارے حق کے جگ دعا پیا مگدا اے جیڑی کچھی ہے نا کچھی کچھی دے وچ سب تو اوکھا کام مجلس وچ ہوندا ہے ممبر دا نظام سنبھالنا اللہ دی قسم ہے نظامت سنبھالنا اللہ تو کو ڈھیر عزت دے وے پڑھیں دے ان تے والا اوں کو دعائی کرن تا دے دین تواڈا ملویر تے ساڈا باپ ہے گل موک نہ گئی ماں آؤ سر چاؤ زور لاون لگا پریشانیوں میں سوائے علی کے جہاں میں کوئی بھی سہارا نہیں ہے زور لاوا تو بات ایویں کرے سب آؤ سر چو زور لا کے فرد سانی پڑا پریشانیوں میں بات ہے بھائی مہربانی بسم اللہ میں بس ختم کروں بابا بابا ملازم چاہوں بس اچھا پورا پڑھوں ہوں بابا جو آکسی بس کر اچھا اچھا چلو بھائی تھوڑی زندگیوں میں شیر پڑھوں مدد علی دا انکار انشاءاللہ تھرے سر چاویں اے میری دعا نہیں یہ منگدے نالے مرید عباس لنگا صاحب ہونی جڑے مدد علی دے انکار ہیں انہاں نال گل پیا کرے نا اسا آپ تا یا علی مدد نہیں آکا کیسا کوئی دس دتا کیویں پتا یہ چلا ہاں
بات ہے بھائی حیدری یا علی یا علی کیسا کو کہ یا علی مدد آکھنا ہے پتہ یہ چلا جس نے علی کا زبان پہ مصیبت نے آنا دوبارہ نہیں ہے سوڑائی اتنا پیو کو پیار آیا او میرے وطن والے جتنا پیار آئی امت اتنا اوکھا لائے گال یہ سننی بابا ترائے گلا میں کیچیل میں آکر سوڑائی دوجی گال بابے کو پیارا بڑھڑا پیو اتنا اوکھلا صدقے جی بابا اللہ لال ساد درجات بلند کرے او جڈا پتر جوان تے چہرے تے ماں دے دیے مسلہ دیا رون والے او وات آ دیے سارے سجڑا کومیڈی آ گئی روت روت خوشیاں صدقے جڈا پوتر جوان دے چہرے جڈا پوتر جوان دے چہرے تے ماں دے دی ہے کڈا نہ روے بابا تیرے سونے رو دے بیٹھے ہو جڈا پوتر جوان دے چہرے تے ماں دے دی ہے گال اگلی سننی ہے بات آ دی سارے سجنا کومیڈی آ گئی روتا او لتی ماس اکبر دی وہ بیچ سفران دے یا گالے جگار کو کھا دیا رومنا لے او آنکھے چم چم کھا دیا قسمت بچڑا تینے پالن والی ساری زندگی بزرگاں تو سنے تاریخ گوائیاں دے دیے محمدیاں شکلاں والا حسین دا یوسف بڑا سونا حسین دا پوتر میں بابا قبول شاہ ایک اللہ وزادا حسین دا علی اکبر قیمتی کتنا ہے سونا تا ہائی لیکن قیمتی کتنا ہے ہم شکل نبی دے والدی قیمت میں تے کو سمجھا نہ سکا نا میں 70 پوری کرنی ہے
ਬੇਸਖਤਾ ਤੇਰੀ ਹੈ ਚੀਵਣੀ ਹਮ ਸ਼ਕਲ ਨਬੀ ਦੇ ਵਾਲ ਦੀ ਕੀਮਤ ਪੁੱਛੇ ਕੋਈ ਅਕਬਰ ਦੀ ਸ਼ਕਲ ਨਬੀ ਦੇ ਵਾਲ ਦੀ ਕੀਮਤ ਪੁੱਛ ਕੋਈ ਅਕਬਰ ਦੀ ਸ਼ਬੀਰ ਦੇ ਪੁੱਤਰ ਦਾ ਪਾਕ ਪਸੀਨਾ ਹਈ ਮਹਿੰਗਾ ਕੁਲ ਬਾਬਾ ਆਜ਼ਮ ਸ਼ਾਹ ਜੀ ਬਾਬਾ ਰਮਨ ਖਾਨ ਤੁਸਾਂ ਬਾਬਾ ਪੀਰ ਬਾਬਾ ਤੁਸਾਂ ਜਿਤਨੇ ਬਜ਼ੁਰਗ ਬੈਠੇ ਤੁਹਾ ਕੋ ਮੁਖਾਤਿਬ ਕਰਕੇ ਮੈਂ ਗਵਾਹੀ ਮੰਗਣਾ ਚਾਹੁੰਦਾ ਪੁੱਤਰ ਸੱਕਾ ਹੋਵੇ ਮਾਂ ਹੀ ਸੱਕੀ ਹੋਵੇ ਕਦਾਂ ਸੱਕੇ ਪੁੱਤਰ ਕੂ ਚੁੰਮਣ ਵਾਸਤੇ ਮਾਂ ਕਹਿੰ ਕੋਲ ਪੁੱਛਦੀ ਏ ਮਾਂ ਕੋਈ ਜ਼ਿਆਦਾ ਦੀ ਲੋੜ ਹੁੰਦੀ ਏ ਨਹੀਂ ਨਾ ਹੁੰਦੀ ਤੇ ਹੁਸੈਨ ਦਾ ਵਾਸਤਾ ਹੁਣ ਚੌਥੀ ਸੱਤਰ ਸੁਣੇ ਸ਼ਬੀਰ ਦੇ ਪੁੱਤਰ ਦਾ ਪਾਕ ਪਸੀਨਾ ਆਈ ਮਹਿੰਗਾ ਅਕਬਰ ਦੀ ਸੱਕੀ ਮਾਂ ਆਲੀਆ ਦੇ ਪਾਸ ਦੇ ਕੇ ਆਉਂਦੀ ਹੈ ਤੇਰੀ ਮਿੰਨਤ ਪਈ ਕਰੇਂਦੀ ਆ ਅਕਬਰ ਦੇ ਸੀਨੇ ਤੂੰ ਹੱਥ ਆ ਬੀਬੀ ਆਦੀ ਫਰ ਜਾਈ ਕਿਆ ਕਰੇਂਦੀ ਆ ਰੋ ਰੋ ਕੇ ਆਉਂਦੀ ਹੈ ਹਾਮੀ ਮਨਤ ਜਦਾ ਪਰ ਸਗਨਾ ਦੀ ਮਹਿੰਦੀ ਲੈ ਸਾ ਮਾਤਮ ਕਰ ਤੱਕ ਸੋਹਣਾ ਲੱਗਦਾ ਜੀ ਮਹਿੰਦੀ ਲੈ ਸਾ ਮੈਂ ਹਾਮੀ ਮਨਤ ਪਰ ਨੇ ਸਾ ਮਹਿੰਦੀ ਲੈ ਸਾ ਮੈਂ ਤੂੰ ਹੱਥ ਚਾ ਕਿ ਨਹੀਂ ਦਸੀ ਨੇ ਤੂੰ ਹੀ ਦੇ ਖੂਨ ਦੀ ਮਹਿੰਦੀ ਲੈ ਜਾਂ ਮੈਂ ਤੂੰ ਰੋਵਣ ਦੇ ਭਾਈ ਰੋਵਣ ਦੇ ਰੋਵਣ ਦੇ ਰੋਵਣ